ਉਹ ਬਸ ਕਰ ਤੂੰ ਤੇ ਅਮਟੋਰ ਕੱਢੇ ਨਾ ਜਿੱਦਾਂ ਵਿਆਹ ਜਾਣਾ ਹੁੰਦਾ ਐਨ ਹੋ ਹਾਂ ਉਹ ਤੇਰਾ ਭਲਾ ਜੇ ਬੜੀ ਪੱਗ ਗੱਡੀ ਆ ਠੀਕ ਆ ਭਾਜੀ ਬਹੁਤ ਵਧੀਆ ਤੇ ਦੱਸਾਂ ਕੀ ਗੱਲ ਜੀ ਆਹ ਸਾਰਿਆਂ ਨੇ ਪੱਗਾਂ ਬੰਨ ਕੇ ਆਉਣੀਆਂ ਤੇ ਮੈਂ ਕਿਹਾ ਮੈਂ ਮੋਨਾ ਕੀ ਕਰਨਾ ਉੱਥੇ ਮੈਂ ਵੀ ਪੱਗ ਹੀ ਬੰਨ ਕੇ ਜਾਣਾ ਉਹ ਨਹੀਂ ਵਧੀਆ ਬੜੀ ਲੱਗੀ ਆ ਤੂੰ ਨਾ ਰੋਜ਼ ਹੀ ਬੰਨਿਆ ਕਰ ਆਹ ਤੇ ਤੁਸੀਂ ਨਹੀਂ ਹੋਏ ਤਿਆਰ ਮੈਨੂੰ ਅੱਜ ਛੁੱਟੀ ਹੈ ਤੇਰਾ ਭਰਾਵਾ ਚੰਗਾ ਜੀ ਤੁਹਾਨੂੰ ਤੇ ਰੋਜ਼ ਛੁੱਟੀਆਂ ਰਹਿੰਦੀਆਂ ਵਾ ਤੇ ਮੈਨੂੰ ਐਤਵਾਰ ਹੀ ਹੁੰਦੀ ਗੱਲੀ ਉਹ ਸਾਡਾ ਕੰਮ ਵੀ ਹੈ ਨਾ ਕੰਮ ਵੀ ਸਾਨੂੰ ਜ਼ਿਆਦਾ ਪੈਂਦਾ ਵਾ ਹਾਂ ਇਹ ਵੀ ਗੱਲ ਸਹੀ ਹੈ ਤੇ ਕੋਈ ਗੱਲ ਨਹੀਂ ਕਰਨ ਵਾਲਾ ਜਿਹਨੂੰ ਨੌਕਰੀ ਮਿਲ ਗਈ ਹੈ ਸਗੋਂ ਲੋਕੀ ਤੇ ਤਰਸਦੇ ਨੇ ਨਹੀਂ ਕੋਈ ਗੱਲ ਨਹੀਂ ਤੇ ਜਾਣਾ ਨਹੀਂ ਆ ਫਿਰ ਛੱਡਾ ਮੈਨੂੰ ਮਾੜਾ ਜਿਹਾ ਚਲੋ ਵਿਹਲੇ ਆ ਹੋ ਗਿਆ ਤਿਆਰ ਮੇਰਾ ਪੁੱਤ ਆਹੋ ਮੰਮੀ ਪੱਗ ਬੰਨ ਲਈ ਆ ਵੇਖ ਲੈ ਕਿੰਨੀ ਸੋਹਣੀ ਪੱਗ ਲੱਗਣ ਡਈ ਹੈ ਉਹ ਮੈਂ ਕਹਿੰਦਾ ਮੈਂ ਰੋਜ਼ ਹੀ ਬੰਨਿਆ ਕਰਨਾ ਆਹੋ ਆਹੋ ਤੇ ਇਹ ਪੰਦਾ ਹੀ ਨਹੀਂਗਾ ਤੇ ਸਗੋਂ ਤੂੰ ਹੀ ਬੰਨਿਆ ਕਰ ਮੰਮੀ ਮੇਰਾ ਨਾ ਸਿਰ ਦਰਦ ਹੋਣ ਡਿਆ ਮੈਂ ਤਾਂ ਨਹੀਂ ਬੰਨਦਾ ਦੱਸ ਹਾਂ ਇੱਕ ਤੇ ਸਿਰ ਦਰਦ ਬੜੀ ਛੇਤੀ ਹੁੰਦਾ ਵਾ ਪੱਗਾਂ ਬੰਨੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਵਾ ਹੈ ਉਹ ਹੁੰਦਾ ਤੇ ਮੇਰਾ ਵੀ ਆ ਪਰ ਅੱਜ ਸਾਰਿਆਂ ਨੇ ਮੰਨਿਆ ਹੀ ਮੈਂ ਕਿਹਾ ਚੱਲ ਇਦਾਂ ਕਰਦਾ ਮੈਂ ਵੀ ਪੱਗ ਬੰਨ ਹੀ ਨਾ ਨਹੀਂ ਨਹੀਂ ਤੂੰ ਡਿਊਟੀ ਤੇ ਰੋਜ਼ ਪੱਗ ਹੀ ਬੰਨ ਕੇ ਜਾਣੀ ਹੈ ਲੱਗੀ ਹੈ ਨਾ ਸਮਝ ਠੀਕ ਹੈ ਮੰਮੀ ਆਹੋ ਆਹੋ ਲਾ ਦਿੰਦੀ ਆ ਕੋਈ ਗੱਲ ਨੀ ਉਹਨੇ ਤੇ ਜਾਣਾ ਤੂੰ ਤਾਂ ਘਰੇ ਹੀ ਆ ਸਾਰਾ ਦਿਨ ਤੇਰੇ ਵੱਲ ਹੀ ਧਿਆਨ ਆ ਮੇਰਾ ਚੱਲ ਆ ਜਾ ਤੂੰ ਪਹਿਲਾਂ ਮੰਮੀ ਲਾਈ ਦੀ ਰੋਟੀ ਹਲੇ ਬਸ ਲਾਉਣ ਲੱਗੀ ਆ ਵੇ ਮੇਰੀ ਗੱਲ ਸੁਣ ਹਾਂਜੀ ਅੱਜ ਤੂੰ ਇਕੱਲੇ ਨਹੀਂ ਜਾਣਾ ਵਾ ਤੇ ਧਿਆਨ ਨਾਲ ਜਾਈ ਮੇਰਾ ਪੁੱਤ ਮੰਮੀ ਧਿਆਨ ਨਾਲ ਹੀ ਜਾਊਂਗਾ ਪਤਾ ਕੀ ਗੱਲ ਵਾ ਜਦੋਂ ਤੁਸੀਂ ਦੋਵੇਂ ਭਰਾ ਜਾਂਦੇ ਜੇ ਨਾ ਉਦੋਂ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਜਦੋਂ ਤੂੰ ਇਕੱਲਾ ਜਾਂਦਾ ਨਾ ਸਾਰਾ ਦਿਨ ਮੇਰਾ ਧਿਆਨ ਤੇਰੇ ਵਿੱਚ ਹੀ ਹੁੰਦਾ ਵਾ ਮੰਮੀ ਜੀ ਮੇਰੀ ਗੱਲ ਸੁਣੋ ਉਹਦਾ ਮੈਂ ਕਮਾਵਾਂ ਹੋਰ ਉਹ ਵਾ ਪਟਵਾਰੀ ਤੇ ਮੈਂ ਸਰਕਾਰੀ ਬੈਂਕ 'ਚ ਲੱਗਾ ਵਾਂ ਤੇ ਗੱਲ ਵਿੱਚ ਹਾ ਵਾ ਉਤੋਂ ਫੈਸਟੀਵਲ ਚੱਲਣ ਡਏ ਆ ਨਾ ਚੱਲਦਾ ਹੋਵੇ ਨਾ ਕੋਈ ਪ੍ਰੋਗਰਾਮ ਤੇ ਮੈਂ ਛੇਤੀ ਆ ਜਾਵਾਂ ਇਹ ਤੇ ਗੱਲ ਠੀਕ ਵਾ ਪਰ ਮਾਂ ਵਾ ਨਾ ਮੇਰਾ ਧਿਆਨ ਵਿੱਚ ਇਹ ਰਹਿੰਦਾ ਵਾ ਮੈਨੂੰ ਤੇ ਇਹ ਹੁੰਦਾ ਵਾ ਵੀ ਮੇਰੇ ਦੋਵੇਂ ਬੱਚੇ ਇਕੱਠੇ ਜਾਣ ਤੇ ਇਕੱਠੇ ਘਰ ਆ ਜਾਣ ਪਰ ਫਿਰ ਵੀ ਮੰਮੀ ਇਹ ਟਾਈਮ ਤੇ ਲੱਗਦਾ ਹੀ ਆ ਤੁਹਾਨੂੰ ਪਤਾ ਵਾ ਚੱਲ ਕੋਈ ਗੱਲ ਨਹੀਂ ਤੁਸੀਂ ਲਾਓ ਰੋਟੀ ਤੇ ਕਰੋ ਫੈਲ ਹਾਂ ਕੋਈ ਨਹੀਂ 2 ਮਿੰਟ ਲੱਗ ਰਹੇ ਆ 2 ਮਿੰਟ ਲੱਗ ਰਹੇ ਆ ਬਸ ਮੰਮੀ ਜਾਣਾ ਹੁੰਦਾ ਤੁਹਾਨੂੰ ਕਹਿਣ ਦੇ ਹੁਣ ਮੇਰੀ ਗੱਲ ਸੁਣ 3-4 ਫੁਲਕੇ ਪਾ ਲਈ ਉਹ ਨਹੀਂ ਨਹੀਂ ਮੈਂ ਕੱਲੇ 2 ਹੀ ਫੁਲਕੇ ਲੈ ਕੇ ਜਾਣੇ ਆ ਅੰਤ ਉਹ ਲੈ ਕੇ ਜਾਣੇ ਸਾਰਾ ਦਿਨ ਤੂੰ ਉੱਥੇ ਰਹਿਣਾ ਹਾਂ ਪਤਾ ਵਾ ਸਬਜੀ ਮੈਂ ਬਾਈ ਨਾ ਮਾਣ ਲੈ ਤੁਹਾਡੀਆਂ ਸਬਜੀ ਬਾਈ ਆ ਮੰਮੀ ਜੀ ਮੈਂ 2 ਲੈ ਲਿਆ ਬੜੇ ਆ ਹੁਣ ਮੈਨੂੰ ਵੀ ਆਹੋ ਤੁਹਾਡੀਆਂ ਆਤਾਂ ਮਾੜੀਆਂ ਰੁਕ ਜਾ ਇੱਕ ਮਿੰਟ ਹੋਰ ਲਾ ਦੇ ਫੁਲਕੇ ਮੈਨੂੰ ਨਹੀਂ ਨਹੀਂ ਮੰਮੀ ਜੀ ਉੱਥੇ ਕੁਰਸੀ ਤੇ ਬੈਠਿਆ ਨਹੀਂ ਦੌਣ ਲੱਗ ਪੈਂਦੀ ਬਾਅਦ ਖਾਣਾ ਕੀ ਆ ਆਪਣੀ ਸਿਹਤ ਵੱਲ ਵੀ ਧਿਆਨ ਰੱਖੋ ਉਹ ਸਿਹਤ ਅੱਗੇ ਮੋਟਾ ਹੋਣ ਡਿਆ ਮੈਂ ਆ ਬਹੁਤ ਮੋਟਾ ਹੋਣ ਡਿਆ ਵਾ ਕਰਨੀਆਂ ਤੇ ਆਪਣੀਆਂ ਮਰਜ਼ੀਆਂ ਵਾ ਸੱਚੀ ਗੱਲ ਆ ਨਿਆਣਾ ਢਿੱਡ ਭਰ ਕੇ ਰੋਟੀ ਖਾਵੇ ਨਾ ਤੇ ਮਾਂ ਦੇ ਨਾਲ ਤਰ੍ਹਾਂ ਠੰਡ ਹੁੰਦੀ ਆ ਇਹਨਾਂ ਦਾ ਵੀ ਕੁਛ ਨੀ ਹਾਲ ਚੱਲ ਫੁਲਕੇ ਲੱਗ ਚੱਲੇ ਆ ਪਿੰਦਰ ਨੂੰ ਫੜਾ ਪਹਿਲਾਂ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਈ ਆ ਇਹਨਾਂ ਦੇ ਪਿਓ ਨੂੰ ਅੱਜ ਮਾਰ ਹੀ ਲੈਣੀ ਆ ਉਹਦੇ ਢਿੱਡ ਚ ਚੂਹੇ ਨੱਚਣ ਡਿਆ ਵੀ ਤੇ ਟਾਈਮ ਨਹੀਂ ਤੜਫਣ ਡਿਆ ਹੁਣ ਕਿਤੇ ਬੈਠਾ ਮਾਰਦੀ ਆ ਆਵਾਜ਼ ਆ ਫੁਲਕਾ ਲਾ ਪਹਿਲਾਂ ਦਾਮਤਰੀ ਧੁੱਪ ਚੜ ਗਈ ਆ ਘਰਾਂ ਕੀ ਸਾਰੇ ਕੰਮ ਮੈਨੂੰ ਹੀ ਕਰਨੇ ਪੈਂਦੇ ਆ ਰੋਟੀ ਵੀ ਜ਼ਰੂਰੀ ਸੀਗੀ ਮੁੰਡੇ ਨੇ ਡਿਊਟੀ ਜਾਣਾ ਫਿਰ ਪਿੰਦਰ ਘਰ ਵਾ ਉਹ ਵੀ ਆਉਂਦਾ ਮੈਨੂੰ ਭੁੱਖ ਬੜੀ ਲੱਗੀ ਆ ਚੱਲ ਚੌਂਕੇ ਦਾ ਕੰਮ ਤਾਂ ਨਿਬੜ ਗਿਆ ਰਹਿ ਗਿਆ ਸਫਾਈਆਂ ਦਾ ਪਰ ਇੱਕ ਗੱਲ ਵਾ ਮੈਂ ਨਾ ਥੱਕ ਜਾਂਦੀ ਹੁਣ ਸਾਰਾ ਦਿਨ ਜੀ ਕਰਦਾ ਕੰਮ ਵਾਲੀ ਰੱਖ ਲਾਂ ਜੇ ਕੰਮ ਵਾਲੀ ਰੱਖੀ ਤਾਂ ਚੱਜ ਨਾਲ ਕਰਦੀਆਂ ਕੁਛ ਨਹੀਂ ਗੀਆਂ ਬਸ ਪੈਸੇ ਚਾਹੀਦੇ ਹੁੰਦੇ ਇਹਨਾਂ ਨੂੰ ਕੰਮ ਨਾਲ ਤਾਂ ਕੋਈ ਮਤਲਬ ਹੀ ਨਹੀਂ ਨਾ ਹੈਗਾ ਅਤੇ ਦੂਜੀ ਗੱਲ ਇਹ ਵੀ ਜੇ ਮੁੰਡਾ ਵਿਆਹ ਵਾ ਤੇ ਡਰ ਬੜਾ ਲੱਗਦਾ ਲੋਕਾਂ ਦੀਆਂ ਗੱਲਾਂ ਸੁਣ ਕੇ ਇਹ ਨਾ ਹੋਵੇ ਵੀ ਨਹੁੰ ਆ ਜੇ ਤੇ ਆਣ ਕੇ ਮੇਰਾ ਇਲਾਜ ਕਰ ਛੱਡੇ ਮੈਂ ਤੇ ਕਹਿੰਦੀ ਹਾਂ ਕੋਈ ਚੱਜ ਦੀ ਆ ਜੇ ਕਿ ਚੰਗੇ ਘਰ ਦੀ ਧੀ ਮਿਲ ਜੇ ਨਾ ਤੇ ਚੱਲ ਉਹ ਵੀ ਮੈਨੂੰ ਮਾਂ ਸਮਝੇ
ਤੇ ਆਪਣੇ ਘਰ ਨੂੰ ਘਰ ਸਮਝੇ ਤੇ ਫਿਰ ਤੇ ਮੈਂ ਤਰ ਜਾ ਤੇ ਜੇ ਕਿਤੇ ਉਹੋ ਜਿਹੀ ਆ ਗਈ ਤੇ ਇਹ ਨਾ ਹੋਵੇ ਕਿਤੇ ਫੱਟੀ ਫਿਰ ਕੇ ਮੈਨੂੰ ਹੀ ਘਰੋਂ ਬਾਹਰ ਕੱਢ ਛੱਡੇ। ਚੱਲ ਮਨਾ ਕਰ ਲਾ ਚੁੱਪ ਕਰਕੇ। ਦਾਦਾ ਜੀ ਅੱਜ ਮੇਰਾ 12ਵੀਂ ਦਾ ਰਿਜ਼ਲਟ ਆ ਤੇ ਮੇਰਾ ਵਧੀਆ ਵਧੀਆ ਰਿਜ਼ਲਟ ਆ ਜਾਵੇ। ਪੇਪਰ ਤਾਂ ਵੈਸੇ ਮੈਂ ਬੜੇ ਵਧੀਆ ਦਿੱਤੇ ਸੀਗੇ ਤੇ ਰਿਜ਼ਲਟ ਵੀ ਮੇਰਾ ਹੁਣ ਓਨਾ ਹੀ ਵਧੀਆ ਆਵੇ ਤੇ ਮੇਰੇ ਕਲਾਸ ਦੇ ਬੱਚੇ ਵੀ ਸਾਰੇ ਪਾਸ ਹੋਣ। ਜੇ ਕਿਤੇ ਮੇਰੇ ਨੰਬਰ ਘੱਟ ਆ ਗਏ ਨਾ ਮੰਮੀ ਮੇਰੀ ਨੇ ਤਾਂ ਉੱਦਾਂ ਨਹੀਂ ਮੈਨੂੰ ਛੱਡਣਾ ਤੇ ਡੈਡੀ ਮੇਰੇ ਵੀ ਕਿੰਨਾ ਮਾਣ ਕਰਦੇ ਮੇਰੇ ਉੱਪਰ ਤੇ ਉਹਨਾਂ ਦਾ ਮਾਣ ਬਣਿਆ ਰਹੇ ਤੇ ਥੋੜ੍ਹੇ ਦਿਨ ਬਾਅਦ ਨਵ ਦਾ ਵੀ ਰਿਜ਼ਲਟ ਆ ਉਹਨੂੰ ਵੀ ਵਧੀਆ ਵਧੀਆ ਨੰਬਰਾਂ ਦੇ ਨਾਲ ਪਾਸ ਕਰਿਓ ਬਾਬਾ ਜੀ। ਹੈਲੋ ਵਧੀਆ ਰਾਜਵਿੰਦਰ ਤੂੰ ਦੱਸ। ਹਾਂ ਮੈਂ ਵੀ ਵਧੀਆ ਯਾਰ ਆਪਣਾ ਰਿਜ਼ਲਟ ਆ ਗਿਆ ਹੀ ਹੋ। ਅੱਛਾ ਆ ਗਿਆ ਵਾ। ਹਾਂ ਮੈਂ ਤੇ ਹੋ ਗਈ ਪਾਸ ਮੇਰੇ 80% ਨੰਬਰ ਆਏ ਆ। ਅੱਛਾ ਬੜੇ ਵਧੀਆ ਨੰਬਰ ਆਏ ਆ ਤੇ ਮੇਰਾ ਰਿਜ਼ਲਟ ਦੇਖਿਆ ਤੂੰ? ਹਾਂ ਮੈਂ ਵੇਖਿਆ ਤੂੰ ਮੇਰੇ ਇੱਕ ਹੀ ਮੈਂ ਤੇ ਤੇਰਾ ਰੋਲ ਨੰਬਰ ਯਾਦ ਰੱਖਿਆ ਵਾ ਤੇਰੇ ਵੀ ਆਏ ਆ 95% ਆ ਗਏ ਤੇਰੇ। ਅੱਛਾ 95% ਆਏ ਮੇਰੇ। ਹਾਂ ਤੇਰੇ ਤੇ ਮੇਰੇ ਤੋਂ ਯਾਰ ਕਿੰਨੇ ਵੱਧ ਆ ਗਏ ਮੇਰੇ ਤੇ 80 ਆਏ ਆ। ਚੱਲ ਕੋਈ ਗੱਲ ਨੀ 80% ਵੀ ਤਾਂ ਇੰਨੇ ਵਧੀਆ ਨੰਬਰ ਆ ਕੋਈ ਗੱਲ ਨੀ ਫਿਰ ਕੀ ਹੋਇਆ? ਨਹੀਂ ਕਿੱਥੇ ਯਾਰ ਤੇਰੇ ਵੱਧ ਆ ਗਏ ਨਾ ਮੈਨੂੰ ਇਸੇ ਚੀਜ਼ ਦਾ ਹੋਣ ਲਿਆ ਪਰ ਚੱਲ ਕੋਈ ਨੀ ਸਾਰਿਆਂ ਨੇ ਨਕਲ ਹੀ ਮਾਰੀ ਸਾਰਿਆਂ ਦੇ ਇੱਦਾਂ ਹੀ ਆਏ ਆ। ਸਾਰਿਆਂ ਨੇ ਤਾਂ ਨਕਲ ਮਾਰੀ ਪਰ ਮੈਂ ਹੀ ਮਰਵਾਈ ਸੀ ਨਾ ਸਾਰਿਆਂ ਨੂੰ ਨਕਲ ਮੇਰੇ ਵੱਲ ਵੀ ਦੇਖ ਕੇ ਸਾਰਿਆਂ ਨੇ ਪੇਪਰ ਕੀਤਾ ਸੀਗਾ ਪਰ ਮੈਂ ਤਾਂ ਪੜ੍ਹ ਕੇ ਕੀਤਾ ਹੀ ਆਪਣਾ। ਅੱਛਾ ਭੈਣੇ ਹੁਣ ਤੂੰ ਤੇ ਸਾਨੂੰ ਜਿਤਾਉਣੀ ਹੈ ਜੇ ਤੂੰ ਨਕਲ ਮਰਵਾਤੀ ਹੀ ਤੇ। ਨਹੀਂ ਨਹੀਂ ਸਾਨੀ ਜਤੋਂ ਦੇ ਮੈਂ ਉਦਾਂ ਦੱਸਣ ਡਈ ਨਾ ਤੂੰ ਮੈਨੂੰ ਕਹਿਣ ਡਈ ਨਾ ਸਾਰਿਆਂ ਨੇ ਨਕਲ ਮਾਰੀ ਸੀ ਤੇ ਪਰ ਮੈਂ ਤੈਨੂੰ ਤਾਂ ਕਿਹਾ ਨਾ ਕਿ ਮੈਂ ਨਹੀਂ ਮਾਰੀ ਸੀ ਨਕਲ ਮੈਂ ਆਪਣਾ ਪੜ੍ਹ ਕੇ ਪੇਪਰ ਦਿੱਤਾ ਸੀ। ਚੱਲ ਠੀਕ ਆ ਭੈਣਾ ਹੁਣ ਤੇਰੇ ਵੱਧ ਨੰਬਰ ਆ ਗਏ ਆ ਤੈਨੂੰ ਗੱਲਾਂ ਆਉਂਦੀਆਂ ਤਾਂ ਕਰਕੇ ਤੇ ਮੇਰੀ ਗੱਲ ਸੁਣ। ਹਾਂਜੀ ਤੇ ਮੈਂ ਸੋਚਿਆ ਵਾ ਕਿ ਹੁਣ ਅੱਗੇ ਕੀ ਕਰਨਾ ਵਾ ਕਾਲਜ 'ਚ ਐਡਮਿਸ਼ਨ ਲੈਣੀ ਆ ਨਾ ਫਿਰ। ਮੇਰਾ ਤਾਂ ਪਤਾ ਨਹੀਂ ਅਜੇ ਮੈਂ ਤਾਂ ਆਪਣੇ ਮੰਮੀ ਡੈਡੀ ਨੂੰ ਪੁੱਛ ਕੇ ਦੱਸੂੰਗੀ। ਤੇ ਯਾਰ ਉਹ ਤੇ ਕਰਵਾਉਣੀ ਆ ਮੰਮੀ ਡੈਡੀ ਨੂੰ ਪੁੱਛਣ ਦੀ ਜਿਹੜੀ ਗੱਲ ਪੁੱਛ ਲਾ ਆਪਦਾ ਚੱਲ ਪੁੱਛਣਾ ਤੇ ਪੈਣਾ ਹੀ ਆ ਪਰ ਮੈਂ ਤੇ ਵੱਡੇ ਕਾਲਜ 'ਚ ਕਰਵਾਉਣੀ ਆ ਮੈਂ ਤੇ ਬੀਐਸਸੀ ਕਰਨੀ ਆ। ਆਹੋ ਤੇਰੇ ਵਧੀਆ ਵੀ ਨੰਬਰ ਆਏ ਆ ਤੂੰ ਤਾਂ ਕਿਸੇ ਵੀ ਕਾਲਜ 'ਚ ਲੈ ਸਕਦੀ ਹੈ ਐਡਮਿਸ਼ਨ ਪਰ ਮੇਰਾ ਇਦਾਂ ਵਾ ਨਾ ਕਿ ਮੈਂ ਪੁੱਛ ਕੇ ਦੱਸੂੰਗੀ ਆਪਣੇ ਡੈਡੀ ਮੰਮੀ ਨੂੰ ਅਜੇ ਮੈਂ ਇਦਾਂ ਨਹੀਂ ਕਹਿ ਸਕਦੀ ਕਿ ਮੈਂ ਕਰਵਾਉਣੀ ਆ ਜਾਂ ਨਹੀਂ। ਚੱਲ ਠੀਕ ਆ ਪੁੱਛ ਲਾ ਤੂੰ ਹਰ ਵਾਰ ਇਦਾਂ ਹੀ ਕਰਦੀ ਆ ਚੱਲ ਚੰਗਾ ਮੇਰੀ ਵੀ ਮੰਮੀ ਮੰਨ ਜਾਣਗੇ। ਠੀਕ ਆ ਓਕੇ ਓਕੇ ਬਾਏ। ਹਾਂ ਮੈਂ ਕਦੀ ਸੋਚਿਆ ਨਹੀਂ ਕਿ ਮੇਰੇ ਇੰਨੇ ਵਧੀਆ ਨੰਬਰ ਆਉਣਗੇ ਪਰ ਰਾਜਵਿੰਦਰ ਵੀ ਕਿੱਦਾਂ ਸੜਨ ਡਈ ਆ ਤੇ ਮੇਰਾ ਰੋਲ ਨੰਬਰ ਵੀ ਕਿੱਦਾਂ ਯਾਦ ਰੱਖਿਆ ਇਹਨੇ ਤੇ ਕਿੰਨਾ ਸੜਨ ਡਈ ਇਹਦਾ ਕਿਹੜਾ ਨੰਬਰ ਘੱਟ ਆਏ ਆ ਵਧੀਆ ਤੇ ਨੰਬਰ ਆਏ ਆ ਹੁਣ ਜਿੰਨਾ ਕੁ ਪੜ੍ਹਨਾ ਹੀ ਉਨੇ ਕੀ ਨੰਬਰ ਆਉਣੇ ਸੀ ਨਾ ਜਾਂ ਤਾਂ ਵਧੀਆ ਪੜ੍ਹ ਕੇ ਜਾਂਦੀ ਤੇ ਫਿਰ ਮੇਰੇ ਤੋਂ ਵੱਧ ਲੈ ਲੈਂਦੀ ਪਰ ਇੱਦਾਂ ਨਹੀਂ ਸੜਨਾ ਚਾਹੀਦਾ। ਹਾਏ ਵਾਹਿਗੁਰੂ ਜੀ ਮੈਂ ਤਾਂ ਕਦੀ ਸੋਚਿਆ ਨਹੀਂ ਕਿ ਇੰਨੇ ਵਧੀਆ ਨੰਬਰ ਆਉਣਗੇ ਮੇਰੇ ਤੇ ਮੇਰੇ ਬੜੇ ਵਧੀਆ ਨੰਬਰ ਆਏ ਤੇ ਤੁਸੀਂ ਬੜਾ ਲੱਗੇ ਹੋ ਕਿ ਮੇਰੀ ਅਰਦਾਸ ਸੁਣੀ ਆ ਤੇ ਮੈਂ ਹੁਣ ਡੈਡੀ ਨੂੰ ਤੇ ਮੰਮੀ ਨੂੰ ਦੱਸਦੀ ਹਾਂ ਕਿ ਮੇਰੇ ਇੰਨੇ ਵਧੀਆ ਨੰਬਰ ਆਏ ਤੇ ਉਹਨਾਂ ਨੇ ਬੜੇ ਖੁਸ਼ ਹੋਣਾ ਵਾ। ਮੰਮੀ ਅੱਜ ਜੱਸ ਦਾ ਰਿਜ਼ਲਟ ਵੀ ਆਉਣਾ ਵਾ। ਨਹੀਂ ਉਹਨੇ ਕਿਹੜਾ ਪਾਸ ਹੋਣਾ ਉਹਨੇ ਫੇਲ ਹੀ ਹੋਣਾ ਮੈਨੂੰ ਸਾਰਾ ਪਤਾ ਵਾ। ਮੰਮੀ ਅੱਜ ਪਤਾ ਲੱਗ ਜਾਣਾ ਕਿੰਨੇ ਕੁ ਪਾਣੀ 'ਚ ਗੱਲਾਂ ਤਾਂ ਬੜੀਆਂ ਕਰਦੀ ਨਾ ਕਿ ਮੈਂ ਬੜਾ ਪੜ੍ਹਦੀ ਤੇ ਤੂੰ ਇੱਦਾਂ ਵਿਹਲੀ ਬੈਠੀ ਰਹਿੰਦੀ ਆ ਤੇ ਮੈਂ ਵੀ ਅੱਗੇ ਘੱਟਦੀ ਮੈਂ ਕਿਤਾਬਾਂ ਨੂੰ ਹੱਥ ਨਹੀਂ ਲਾਉਣ ਦਿੰਦੀ ਹੈਗੀ ਇਹ ਕਿੱਦਾਂ ਪਾਸ ਹੋ ਜਾਏਗੀ? ਜੇ ਮੰਮੀ ਫੇਲ ਹੋ ਗਈ ਨਾ ਤੇ ਡੈਡ ਦੇ ਚੰਗੇ ਕੰਨ ਭਰਿਓ ਇਹਨੂੰ ਅੱਗੇ ਪੜ੍ਹਨ ਨਾ ਦਿਓ। ਇਹਦਾ ਮੈਂ ਇਲਾਜ ਵੇਖੀ ਕਰਾਉਂਦੀ ਜਿਹੜਾ ਮਿੰਟ ਮਿੰਟ ਦੇ ਆਉਂਦੀ ਹੈ ਨਾ ਮਹੀਨਾ ਨਹੀਂ ਨਾ ਕਿਤਾ ਦੱਸ ਦਿਨ ਨਹੀਂ ਨਾ ਕਿਤੇ ਮੈਨੂੰ ਸੂਟ ਬਣਾ ਦਿਓ ਮੈਨੂੰ ਸੂਟ ਬਣਾ ਦਿਓ ਇਹ ਕੋਈ ਤੇਰਾ ਮੈਂ ਇਲਾਜ ਕਰ ਦਾਂਗੀ ਪਿਓ ਦੇ ਕੰਨ ਭਰ ਕੇ ਵੇਖੀ ਤਾਂ ਸਹੀ ਤੇ ਉਹੋ ਜਿਹੀ ਮੰਮੀ ਡੈਡੀ ਨੂੰ ਜਿਹੜੀਆਂ ਚੀਜ਼ਾਂ ਲੈ ਲੈ ਕੇ ਦਿੰਦੇ ਨੇ। ਮੰਮੀ ਹਾਂ ਦੱਸ ਮੇਰੇ ਰਿਜ਼ਲਟ ਆ ਗਿਆ ਅੱਜ ਹੋ ਗਈ ਫੇਲ? ਨਹੀਂ ਨਹੀਂ ਮੈਂ ਬੜੇ ਵਧੀਆ ਨੰਬਰਾਂ ਨਾਲ ਪਾਸ ਹੋਈ ਆ। ਕਿੰਨੇ ਨੰਬਰ ਆਏ ਨੇ? 95% ਬਹੁਤੀ ਅੰਗਰੇਜ਼ੀ ਨਾ ਮਾਰ ਮੈਨੂੰ ਚੱਜ ਨਾਲ ਦੱਸ ਉਹ ਕਿੰਨੇ ਹੁੰਦੇ ਨਾ? ਮੰਮੀ 95% ਅੱਛਾ ਨਕਲ ਮਾਰ ਕੇ ਉਦਾਂ ਨੂੰ ਦੰਦਾ ਕੱਖ ਨਹੀਂ ਹੈਗਾ ਤੇ ਹੋਰ ਮੰਮੀ ਬਥੇਰੀ ਨਕਲ ਵੱਜਦੀ ਉੱਥੇ। ਨਹੀਂ ਮੰਮੀ ਮੈਂ ਨਕਲ ਨਹੀਂ ਮਾਰੀ ਭਾਵੇਂ ਮੈਂ ਘਰੇ ਨਹੀਂ ਪੜ੍ਹਦੀ ਨਾ ਮੈਂ ਸਕੂਲੇ ਸਾਰਾ ਪੜ੍ਹ ਲੈਨੀ ਮੈਂ ਆਪਣੇ ਸਿਰ ਤੇ ਦਿੱਤੇ ਆ ਪੇਪਰ। ਮੈਨੂੰ ਕੋਈ ਭੁੱਲ ਨਹੀਂ ਗਈ ਮੈਨੂੰ ਪਤਾ ਵਾ ਜਿੰਨੇ ਕੁ ਤੇਰੇ ਨੰਬਰ ਆਏ ਹੋਣੇ। ਦਿਖਾਓ ਹਾਂ ਭਲਾ ਮੈਨੂੰ ਝੂਠ ਨਹੀਂ ਕਿਤੇ ਬੋਲਣ ਦੇ। ਨਹੀਂ ਨਹੀਂ ਮੈਂ ਝੂਠ ਨਹੀਂ ਬੋਲਦੀ ਆ ਵੇਖ ਲਓ ਭਾਵੇਂ ਨਾ ਕਿੰਨੇ ਆਏ ਮੰਮੀ ਜਿੰਨੇ ਦੱਸਣ ਦੇ ਉਨੇ ਹੀ ਆ। ਆਲੂ ਫੋਨ ਆ ਗਿਆ ਨਾ ਹੁਣ ਜਕੀ ਮੰਮੀ ਡੈਡੀ ਕਿੱਥੇ ਆ? ਮੈਂ ਡੈਡੀ ਨੂੰ ਕਿ ਆਪਣਾ ਰਿਜ਼ਲਟ ਦੱਸਣਾ ਹੈ। ਉਹ ਵੇਲੀ ਗਏ ਆ ਉਹਨਾਂ ਦੇ ਮਗਰੇ ਨਾ ਹੁੰਦਾ ਔਰ ਜੀ ਚੁੱਪ ਕਰਕੇ ਘਰ ਕੰਮ ਕਰ ਆਉਣਗੇ ਤਾਂ ਦੱਸ ਦਾਂਗੇ। ਚਲੋ ਠੀਕ ਮੰਮੀ ਵੇਖਿਆ ਇਹਨੇ ਕਿੰਨੀ ਖੁਸ਼ ਹੁੰਦੀ ਹੈ। ਪਤਾ ਨਹੀਂ ਇਹਦੀ ਕਿੱਥੋਂ ਕਿਸਮਤ ਜਾਗਦੀ ਹੈ ਮੈਂ ਤਾਂ ਨਹੀਂ ਹੈ ਫੇਰ ਇਹ ਨੰਬਰ ਨਹੀਂ ਆਉਣੇ ਹੈਗੇ ਇਹ ਫੇਰ ਪਾਸ ਹੋ ਗਈ ਹੈ। ਤੁਸੀਂ ਜਾਂਦੇ ਸੀ ਮੈਨੂੰ ਪੜ੍ਹਨ ਹੀ ਨਹੀਂ ਦਿੱਤਾ ਤੇ ਉਹਦੇ ਇੰਨੇ ਨੰਬਰ ਕਿੱਦਾਂ ਆ ਗਏ? ਮੈਨੂੰ ਤਾਂ ਆਪ ਨਹੀਂ ਸਮਝ ਲੱਗਣ ਡੀ ਨਾ ਵੀ ਇਹ ਕੀ ਕੰਮ ਬਣ ਗਿਆ ਵਾ ਜਿਹੜੀ ਗੱਲ ਤੋਂ ਡਰਦੀ ਹਾਂ ਉਹ ਹੀ ਹੋ ਗਈ ਹੈ।
ਤੇ ਹੁਣ ਮੰਮੀ ਇੰਨੇ ਵਧੀਆ ਨੰਬਰ ਆਏ ਨਾ ਕਿ ਇਹਨਾਂ ਨੇ ਡੈਡੀ ਨੂੰ ਕਹਿਣਾ ਕਿ ਮੈਨੂੰ ਅੱਗੇ ਪੜ੍ਹਨੇ ਪਾਓ ਤੇ ਉਹਨਾਂ ਨੇ ਖੁਸ਼ੀ ਖੁਸ਼ੀ ਚ ਇਹਨੂੰ ਪਾ ਲੈਣਾ। ਨਹੀਂ ਮੈਨੂੰ ਇਹ ਦੱਸ ਵੀ ਆਏ ਕਿੰਨੇ ਆ, ਮੈਨੂੰ ਪੰਜਾਬੀ ਚ ਦੱਸ ਉਹਦੀ ਗੱਲ ਦੀ ਮੈਨੂੰ ਨਹੀਂ ਸਮਝ ਲੱਗੀ। ਮੰਮੀ ਮੈਂ ਤੁਹਾਨੂੰ ਦੱਸਾਂ ਜੀ 95% ਤੇ ਹੁਣ ਮੇਰੀ ਧੀ ਇੱਕ ਕੰਮ ਕਰੀ, ਮੇਰੀ ਲਾਜ ਰੱਖੀ, ਤੂੰ 96 ਲਿਆਵੀਂ, ਇਹਨੂੰ ਪਤਾ ਲੱਗ ਜੇ ਮੇਰੀ ਕੁੜੀ ਦੇ 2 ਵੱਧ ਦੀ 1 ਆਇਆ। ਮੰਮੀ ਮੈਂ ਵੱਧ ਕਿੱਦਾਂ ਲੈ ਆਵਾਂਗੀ, ਉੱਥੇ ਕਿਹੜੇ ਜਾ ਕੇ ਮੈਂ ਆਪ ਲਿਖਣੇ ਆ, ਤੇ ਜਾਂ ਉਹਨਾਂ ਨੂੰ ਮੇਰਾ ਨਾਮ ਪਤਾ ਵਾ ਕਿ ਨਵਦੀਪ ਦੇ ਹੀ ਨੰਬਰ ਵੱਧ ਲਾ ਦੀਏ ਦੀ ਭੈਣ ਦੇ 95 ਤੇ ਦੇਹੀ 96 ਕਰ ਦੀਏ। ਪੁੱਤ ਤੈਨੂੰ ਤਾਂ ਮੈਂ ਇਸੇ ਕਰਕੇ ਕਿਤਾਬਾਂ ਤੇ ਬਿਠਾ ਛੱਡਦੀ ਵੀ ਪੜ੍ਹ ਤੇ ਵੱਧ ਤੋਂ ਵੱਧ ਇਹ ਤੋਂ ਅੱਗੇ ਹੋ, ਤੇ ਤੂੰ ਫੇਰ ਹੁਣ ਆਖੇਗੀ ਮੈਂ ਘੱਟ ਲਿਆਵਾਂ ਤੇ ਮੇਰੇ ਤੇ ਚੰਗੀ ਗੱਲ ਨੀਗੀ ਨਾ। ਹਾਏ ਮੰਮੀ ਮੈਂ ਉੱਥੇ ਆਪ ਥੋੜੀ ਨੰਬਰ ਲਿਖ ਕੇ ਆਉਣੇ, ਹੁਣ ਉਹ ਅਗਲੇ ਜਿੰਨੇ ਦੇਣਗੇ ਉਨੇ ਹੀ ਆਉਣੇ ਮੇਰੇ, ਮੈਂ ਤੇ ਕਹਿੰਦੀ ਸਗੋਂ ਮੇਰੇ ਨਾਲੋਂ 4 ਵੱਧ ਹੀ ਆਉਣ। ਤੇ ਜੇ ਇਹਦੇ ਵੱਧ ਆ ਗਏ, ਜੇ ਤੇਰਾ ਇੱਕ ਅੱਧਾ ਘੱਟ ਆ ਗਿਆ ਤੇ ਤੇਰੇ ਪਿਓ ਨੇ ਤਾਂ ਫੇਰ ਉਹਨੂੰ ਟੱਲ ਤੇ ਚਾੜ ਦੇਣਾ ਵੀ ਬੱਲੇ ਬੱਲੇ ਉਹ ਕੁੜੀ ਮੇਰੀ ਹੁਸ਼ਿਆਰ ਬੜੀ, ਉਹਦਾ ਦਿਮਾਗ ਹੀ ਬੜਾ ਵਾ। ਤੇ ਮੰਮੀ ਡੈਡੀ ਅੱਗੇ ਕਿਹੜੀ ਮੇਰੀ ਸੁਣਦੇ ਨੇ, ਅੱਗੇ ਵੀ ਉਹਨਾਂ ਦਾ ਹਿਸਾਬ ਦਿੰਦੇ ਆ ਭਾਵੇਂ ਮੇਰੇ ਉਹਨਾਂ ਤੋਂ ਵੱਧ ਕਿਉਂ ਨਾ ਹੋਣ। ਮੈਂ ਅੱਜ ਇਹੋ ਆਨੀ ਆ ਮਹਾਰਾਜ ਸੱਚੇ ਪਾਤਸ਼ਾਹ ਭਾਈ 1-2 ਹੀ ਵੱਧ ਆਉਣ, ਮੇਰੀ ਧੀ ਦੇ ਵੱਧ ਆਉਣ ਤੇ ਇਹਦੀ ਇੱਜ਼ਤ ਹੋਵੇ, ਜਿਹੜੀ ਗੱਲ ਤੋਂ ਡਰਨੀ ਕਿਤੇ ਉਹ ਹੀ ਨਾ ਹੋ ਜੇ ਉਹਦੀ ਨਾ ਅੱਗੇ ਅੱਗੇ ਇੱਜ਼ਤ ਹੁੰਦੀ। ਫਿਰ ਮੰਮੀ ਬੋਰਡ ਦੇ ਪੇਪਰਾਂ ਵਿੱਚ ਨੰਬਰ ਲੈਣੇ ਪਤਾ ਕਿੰਨੇ ਔਖੇ ਨੇ, ਉਹ ਨੰਬਰ ਬੜੇ ਘੱਟਦੇ ਨੇ। ਇਹਦੇ ਕਿੱਦਾਂ ਇੰਨੇ ਆ ਗਏ ਨੇ? ਮੰਮੀ ਮੈਂ ਤੁਹਾਨੂੰ ਦੱਸਿਆ ਤੇ ਸਹੀ, ਇਹਨੇ ਨਕਲ ਮਾਰੀ ਹੋਣੀ ਆ, ਉੱਥੇ ਬਹਿ ਬਹਿ ਕੇ ਕੁੜੀਆਂ ਦੇ ਲਾਗੇ ਪੜ੍ਹਦੀ ਤੇ ਹੈ ਨਹੀਂ ਆ ਘਰ। ਤੇ ਤੇਰਾ ਵੀ ਦਿਮਾਗ ਬਥੇਰਾ ਤੇਜ਼ ਆ, ਤੁਸੀਂ ਕਿਸੇ ਦੇ ਲਾਗੇ ਬਹਿ ਕੇ ਨਕਲ ਮਾਰਨੀ ਸੀ, ਮਾਰੀ ਸੀ ਕਿ ਨਹੀਂ ਨਕਲ? ਮੰਮੀ ਮੈਂ ਨਹੀਂ ਨਕਲ ਮਾਰੀ ਹੈਗੀ, ਮੈਂ ਜਿੰਨਾ ਵੀ ਕੀਤਾ ਵਾ ਆਪਣੇ ਸਿਰ ਤੇ ਕੀਤਾ, ਤੇ ਭਾਵੇਂ ਮੇਰੇ 50% ਵੀ ਆ ਜਾਣਗੇ ਨਾ ਤੇ ਮੈਨੂੰ ਤਾਂ ਵੀ ਬੜੀ ਖੁਸ਼ੀ ਹੋਣੀ। ਹੱਦ ਹੋ ਗਈ ਤੇਰੇ ਵਾਲੀ ਪਲੱਛਣੀ ਹੈ, ਤੂੰ ਤਾਂ ਅੱਧੋ ਵੱਧ ਹੀ ਥੱਲੇ ਚੱਲ ਗਈ ਆ। ਜੇ ਤੇਰੇ ਪਿਓ ਨੂੰ ਪਤਾ ਲੱਗਾ ਵੀ ਉਹਦੇ ਨੰਬਰ ਵੱਧ ਆਏ ਆ ਤੇਰੇ ਘੱਟ ਆਏ ਆ, ਉਹਨੇ ਤੈਨੂੰ ਤਾਂ ਕੁਛ ਕਹਿਣਾ ਨੀ ਤੇ ਮੈਨੂੰ ਛੱਡਣਾ ਨੀਗਾ। ਮੰਮੀ ਤੁਸੀਂ ਏਦਾਂ ਨਾ ਪਹਿਲਾਂ ਹੀ ਮੇਰੇ ਨਾਲ ਲੜੀ ਜਾਓ, ਆ ਤੇ ਲੈਣ ਦੋ ਹਾਲੇ ਮੇਰਾ ਰਿਜ਼ਲਟ ਆਉਣਾ ਵਾ। ਚੱਲ ਵੇਖੀ ਜਾਊਗੀ ਹੁਣ ਤੇਰੀ ਵੀ, ਮੈਂ ਨੀ ਕਿਤੇ ਹੁਣ ਮੇਰੀ ਬੇਇੱਜ਼ਤੀ ਨਾ ਕਰਾ ਕੇ ਰੱਖਦੀ। ਮੰਮੀ ਕਿਤੇ ਨੀ ਤੁਹਾਡੀ ਬੇਇੱਜ਼ਤੀ ਹੁੰਦੀ, ਇੰਨੀ ਟੈਨਸ਼ਨ ਨਾ ਲਿਆ ਕਰੋ। ਉਹ ਤਾਂ ਫੁੱਲੀ ਨੀ ਸਮਾਉਣ ਡਈ ਹੈਗੀ। ਪਰ ਮੰਮੀ ਮੈਂ ਕੀਤਾ ਤੇ ਸਾਰਾ ਆਪਣੇ ਸਿਰ ਤੇ ਹੀ ਆ ਨਾ, ਇਹ ਵੀ ਕਿਸੇ ਕਿਸੇ ਵਿੱਚ ਹੀ ਗੁਣ ਹੁੰਦਾ ਵਾ ਕਿ ਸਾਰੇ ਪੇਪਰ ਆਪ ਕਰਕੇ ਆਓ। ਤੇ ਮੈਨੂੰ ਹੁਣ ਗਾਂਹ ਫਿਕਰ ਪੈ ਗਿਆ ਵਾ, ਇਹਨੇ ਹੁਣ ਉਸੇ ਵੇਲੇ ਪਿਓ ਨੂੰ ਕਹਿਣਾ ਮੇਰੀ ਅੱਗੇ ਅੱਗੇ ਐਡਮਿਸ਼ਨ ਕਰਾ, ਤੇ ਦੱਸ ਮੈਂ ਹੁਣ ਕਿੱਦਾਂ ਡੱਕਾਂਗੀ, ਕਿਤੇ ਤੂੰ ਵੀ ਨਾਲ ਮੇਰੇ ਆਸਰਾ ਦਿਆ ਕਰ, ਤੈਨੂੰ ਕਿਸੇ ਨਾ ਗਾਂਹ ਪੈਣ ਨਾ ਸਕੂਲ ਦਈਏ ਜਾਂ ਕਾਲਜ 'ਚ ਵੀ ਨਾ ਪੈਣ ਦਈਏ ਕਿਤੇ। ਤੇ ਮੰਮੀ ਮੈਂ ਕੀ ਕਰਨਾ ਵਾ, ਸੋਚੋ ਤੁਸੀਂ ਕੀ ਕਰਨਾ ਵਾ ਹੁਣ। ਉਹ ਤਾਂ ਮੰਨਦਾ ਹੀ ਨਹੀਂ ਸਾਡੀ, ਜੋ ਕੁੜੀ ਨੇ ਕਹਿਣਾ ਬਸ ਉਹ ਹੀ ਹੋਣਾ। ਹਾਏ ਮੇਰੇ ਇੰਨੇ ਵਧੀਆ ਨੰਬਰ ਆਏ ਆ, ਮੰਮੀ ਤਾਂ ਨਾ ਤਾਂ ਇੰਨੇ ਖੁਸ਼ ਨਹੀਂ ਹੋਏ, ਜੇ ਮੈਂ ਡੈਡੀ ਨੂੰ ਦੱਸਿਆ ਨਾ ਉਹਨਾਂ ਨੇ ਤਾਂ ਬੜੇ ਖੁਸ਼ ਹੋਣਾ ਵਾ। ਡੈਡੀ ਜੀ ਇੱਧਰ ਆਓ ਮਾੜਾ ਜਿਹਾ, ਮੈਂ ਤੁਹਾਨੂੰ ਗੱਲ ਦੱਸਣੀ ਇੱਕ। ਗੱਲ ਦੱਸਣੀ ਆ? ਹਾਂਜੀ ਮੈਂ ਨਾ ਪਾਸ ਹੋ ਗਈ ਆ। ਪਾਸ ਹੋ ਗਈ ਆ? ਹਾਂਜੀ। ਲੈ ਪੁੱਤਾ ਤਾਂ ਵਧੀਆ ਹੋ ਗਿਆ ਫਿਰ, 95% ਨੰਬਰ ਆਏ ਮੇਰੇ। ਬੱਲੇ 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 ਯਾਰ, ਫਿਰ ਬਹੁਤ ਵਧੀਆ ਗੱਲ ਬਣੀ ਹੈ। ਹਾਂਜੀ ਤੇ ਫਿਰ ਤੇ ਤੂੰ ਪੁੱਤ ਮੂੰਹ ਮਿੱਠਾ ਕਰਾ ਮੇਰਾ ਹੈ। ਹਾਂਜੀ ਕੋਈ ਨਹੀਂ ਕਰਾਉਨੇ ਆ, ਤੇ ਨਾਲੇ ਮੈਨੂੰ ਹੁਣ ਅੱਗੇ ਵੀ ਐਡਮਿਸ਼ਨ ਕਰਵਾ ਦਿਓ। ਚੱਲ ਕੋਈ ਗੱਲ ਨਹੀਂ, ਜੇ ਨੰਬਰ ਚੰਗੇ ਆ ਗਏ ਆ ਨਾ ਤੇ ਤੈਨੂੰ ਅੱਗੇ ਵੀ ਪਾ ਦਾਂਗੇ, ਪੜ੍ਹ ਲਈ ਤੂੰ ਤਗੜੀ ਹੋ ਕੇ ਜਿੰਨਾ ਪੜਿਆ ਜਾਂਦਾ। ਹਾਂਜੀ ਹੁਣ ਮੈਨੂੰ ਵਧੀਆ ਕਾਲਜ ਦੇ ਵਿੱਚ ਲਾ ਦਿਓ, ਤੇ ਮੇਰੀ ਫਰੈਂਡ ਹੈ ਨਾ ਉਹਨੇ ਵਧੀਆ ਕਾਲਜ 'ਚ ਲੱਗਣਾ ਵਾ, ਤੇ ਮੈਨੂੰ ਵੀ ਉਸੇ ਕਾਲਜ 'ਚ ਲਾ ਦਿਓ। ਤੇ ਕੋਈ ਗੱਲ ਨਹੀਂ ਪੁੱਤੇ, ਕਿਹੜੀ ਗੱਲ ਕੀਤੀ ਤੂੰ, ਜੇ ਤੂੰ ਪੜ੍ਹਨ ਵਧੀਆ ਨਹੀਂ ਆ, ਨੰਬਰ ਚੰਗੇ ਆਉਣ ਡਏ ਆ ਤੇ ਤੈਨੂੰ ਲਾ ਦਾਂਗੇ ਕਾਲਜ 'ਚ, ਫਿਰ ਕੀ ਆ ਹੈਂ? ਠੀਕ ਨਾਲੇ ਮੈਂ ਜਾਊਂਗਾ ਲਿਆਉਂਗਾ ਕੁਝ ਖਾਣ ਵਾਸਤੇ ਹੈਂ। ਹਾਂਜੀ ਲੈ ਆਇਓ। ਨਾਲੇ ਮੈਂ ਆਪਣਾ ਮੂੰਹ ਮਿੱਠਾ ਕਰੂੰਗਾ ਤੇ ਨਾਲੇ ਤੇਰੀ ਮੰਮੀ ਦਾ ਤੇ ਨਾਲੇ ਤੇਰੀ ਭੈਣ ਦਾ ਵੀ ਕਰਾ ਦਾਂਗੇ ਹੈਂ। ਹਾਂਜੀ ਉਹਨਾਂ ਨੂੰ ਵੀ ਮੈਂ ਦੱਸਿਆ ਸੀਗਾ ਤੇ ਪਰ ਉਹ ਇੰਨਾ ਖੁਸ਼ ਨਹੀਂ ਹੋਏ। ਚੱਲ ਪੁੱਤ ਕੋਈ ਗੱਲ ਨਹੀਂ, ਇਹੋ ਜਿਹੀਆਂ ਗੱਲਾਂ ਨਹੀਂ ਸੋਚੀ ਦੇ ਹੋਈਦੀਆਂ, ਸਾਡਾ ਕੰਮ ਹੈ ਪੁੱਤ ਪੜ੍ਹਨਾ। ਹਾਂਜੀ ਠੀਕ ਹੈ ਕਿ ਨਹੀਂ, ਬਸ ਤੂੰ ਚੁੱਪ ਕਰਕੇ ਤੇ ਪੜ੍ਹੀ ਜਾ ਤਗੜੀ ਹੋ ਕੇ। ਹਾਂਜੀ ਨਹੀਂ ਵਧੀਆ ਆਏ ਨੰਬਰ ਮੇਰੇ। ਹਾਂ ਕੋਈ ਗੱਲ ਨਹੀਂ, ਮੈਨੂੰ ਬੜੀ ਖੁਸ਼ੀ ਹੋਈ ਆ ਹੈ। ਹਾਂਜੀ ਚੱਲ ਮੇਰਾ ਪੁੱਤ, ਕੋਈ ਗੱਲ ਨਹੀਂ, ਵਧੀਆ ਵਾ। ਪਾਣੀ ਪੂਣੀ ਦਵਾਂ ਤੁਹਾਨੂੰ? ਕੋਈ ਨਹੀਂ ਕੋਈ ਨਹੀਂ, ਬਸ ਠੀਕ ਆ, ਮੇਰੀ ਤਾਂ ਤੇਈ ਲੱਥ ਗਈ ਆ ਤੇਰਾ ਗੱਲ ਸੁਣ ਕੇ। ਮੰਮੀ ਡੈਡੀ ਮੈਨੂੰ ਲੱਗਦਾ ਆ ਗਏ ਨੇ, ਤੇ ਹੁਣ ਵੇਖੀ ਖੋਟਾ ਸਿੱਕਾ ਨਾ ਕਿੱਦਾਂ ਡੈਡੀ ਨੂੰ ਦੱਸਦਾ ਕਿ ਮੇਰੇ 95% ਨੰਬਰ ਆਏ ਆ। ਉਹਦੇ ਕੰਨ ਭਰੂਗੀ ਤੇ ਆਣ ਕੇ ਵੇਡ ਵੇਡ ਕੇ ਉਹਨੇ ਵੀ ਬਹਿਣਾ ਮੇਰੀ ਕੁੜੀ ਪਾਸ ਹੋ ਗਈ ਆ, ਮੈਂ ਹੁਣ ਚੰਗੇ ਥਾਂ ਐਡਮਿਸ਼ਨ ਕਰਾਵਾਂ, ਵੰਸਵਾਨੀਆਂ ਚੀਜ਼ਾਂ ਲੈ ਲੈ ਕੇ ਦਵਾਂ। ਵੇਖੀ ਤਾਂ ਸਹੀ, ਇਸ ਘਰ ਵਿੱਚ ਹੁਣ ਲੜਾਈ ਮੈਂ ਪਾਉਣੀ ਆ, ਮੈਂ ਇਹਨੂੰ ਬਾਂਹ ਪਹਿਣ ਨਹੀਂ ਦੇਣਾ ਕਿਤੇ, ਇਹ ਘਰੇ ਹੀ ਰਹੇਗੀ ਭਾਂਡੇ ਮਾਂਜਦੀ। ਮੰਮੀ ਨਾ ਪਹਿਣ ਦਿਓ। ਜੇ ਤੇਰੇ ਪਿਓ ਨੇ ਐਦਕਾ ਨਾ ਹੱਡੀ ਮੰਨੀ, ਜਾਂ ਇਸ ਘਰ 'ਚ ਮੈਂ ਰਵਾਂਗੀ ਤੇ ਜਾਂ ਜੱਸ ਰਹੇਗੀ। ਜੇ ਕਿਤੇ ਮੇਰਾ ਵੱਸ ਚੱਲਦਾ ਹੋਏ ਨਾ ਇਸ ਕੁੜੀ ਨੂੰ, ਤਾਂ ਮੈਂ ਮਿੰਟ ਨਾ ਲਵਾਂ ਇੱਥੋਂ ਘਰੋਂ ਕੱਢਣ ਲੱਗੀ, ਵੇਖੀ ਮੈਂ ਕਿੱਦਾਂ ਕੱਢਦੀ। ਫਿਰ ਵੇਖਿਆ ਮੈਂ ਡੈਡੀ ਨੂੰ ਦੱਸਿਆ ਨਾ ਕਿੰਨੇ ਖੁਸ਼ ਹੋਏ ਉਹ, ਪਰ ਜੇ ਮੇਰੀ ਮੰਮੀ ਹੁੰਦੀ ਨਾ ਤਾਂ ਉਹਨਾਂ ਨੇ ਵੀ ਇੰਨੇ ਖੁਸ਼ ਹੋਣਾ ਹੈਗਾ। ਮੈਂ ਤਾਂ ਆਪਣੀ ਮੰਮੀ ਦੇ ਵਿੱਚ ਤੇ ਆਪਦੀ ਮੰਮੀ ਦੇ ਵਿੱਚ ਕਦੀ ਫਰਕ ਹੀ ਨਹੀਂ ਕੀਤਾ, ਮੈਂ ਤਾਂ ਉਹਨਾਂ ਨੂੰ ਵੀ ਆਪਣੀ ਮੰਮੀ ਸਮਝਦੀ ਆ, ਪਰ ਉਹ ਨਹੀਂ ਨਾ ਮੈਨੂੰ ਆਪਣਾ ਸਮਝਦੇ, ਤੇ ਨਾ ਵੀ ਕਿੱਦਾਂ ਕਰਦੀ